ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਛੋਟੇ ਨੋਟਿਸ ਤੇ ਤੁਹਾਨੂੰ ਬੁਲਾਇਆ ਗਿਆ ਤੇ ਤੁਸੀਂ ਕਿਤੇ ਪਹੁੰਚੇ ਹੋ, ਧੰਨਵਾਦ। ਆਮ ਆਦਮੀ ਪਾਰਟੀ ਦੇ ਸਾਰੇ ਚੁਣੇ ਹੋਏ ਵਿਧਾਇਕ ਇਸ ਇਲਾਕੇ ਦੇ, ਜਿਨ੍ਹਾਂ ਦੇ ਵਿੱਚ ਡਿਪਟੀ ਸਪੀਕਰ ਸਾਹਿਬ ਗੜਸ਼ੰਕਰ ਤੋਂ ਜੈ ਕਿਸ਼ਨ ਰੋੜੀ ਜੀ, ਮੇਰੀ ਕੈਬਨਿਟ ਦੇ ਸਾਥੀ ਬ੍ਰਹਮ ਸ਼ੰਕਰ ਜਿੰਪਾ ਜੀ, ਇਸ ਤੋਂ ਇਲਾਵਾ ਡਾਕਟਰ ਰਵਜੋਤ ਜੀ, ਔਲਖ ਸਾਹਿਬ, ਘੁੰਮਣ ਸਾਹਿਬ ਔਰ ਰਾਜਾ ਜੀ, ਸਾਡੀ ਸਾਰੀ ਮੁਲਤਾਨੀ ਸਾਹਿਬ, ਸਾਰੇ ਸਾਡੀ ਟੀਮ ਹੈ, ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅੱਜ ਬੜਾ ਇੱਕ ਗੰਭੀਰ ਵਿਸ਼ਾ ਹੈ ਜਿਹਤੇ ਮੈਂ ਤੁਹਾਡੇ ਨਾਲ ਗੱਲ ਕਰਨ ਆਇਆ। ਕਿਵੇਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ। ਅੱਜ ਬਹੁਤ ਵੱਡਾ ਖੁਲਾਸਾ ਹੋਊਗਾ ਟੋਲ ਪਲਾਜ਼ਿਆਂ ਦਾ। ਮੇਰੇ ਕੋਲ ਸਾਰੇ ਡਾਕੂਮੈਂਟ ਨੇ, ਮੈਂ ਪੜ੍ਹ ਕੇ ਸੁਣਾਊਂਗਾ ਸਾਰੇ ਤੱਥ ਨੇ, ਜੇ ਸਮਝ ਨਾ ਆਵੇ ਦੁਬਾਰਾ ਪੁੱਛ ਲਿਓ। ਆਹ ਜਿਹੜਾ ਟੋਲ ਪਲਾਜ਼ਾ ਅੱਜ ਓਪਨ ਕੀਤਾ, ਫਰੀ ਕੀਤਾ ਰਾਤ 12 ਵਜੇ ਤੱਕ, ਇਹਦਾ 27.90 ਕਿਲੋਮੀਟਰ ਪੂਰੀ ਸਟਰੈਂਥ ਹੈ ਅਤੇ ਗੌਰਮੈਂਟ ਨੇ 7.76 ਕਰੋੜ ਯਾਨੀ ਕਿ 7.25 ਕਰੋੜ ਰੁਪਏ 'ਚ ਸੜਕ ਬਣਾਈ। ਪੰਜਾਬ ਗੌਰਮੈਂਟ ਨੇ ਸੜਕ ਬਣਾਈ ਅਤੇ ਡੇਟ ਆਫ ਕਮਰਸ਼ੀਅਲ ਓਪਰੇਸ਼ਨ ਆਫ ਪ੍ਰੋਜੈਕਟ 6/3/2007। ਸੜਕ ਵੀ ਅਸੀਂ ਬਣਾ ਕੇ ਦਿੱਤੀ ਲੋਕਾਂ ਦੇ ਪੈਸੇ ਨਾਲ ਗੌਰਮੈਂਟ ਨੇ, ਅਤੇ ਉਹਨਾਂ ਨੂੰ ਕਾਹਦਾ ਠੇਕਾ ਦਿੱਤਾ? ਮੈਂਟੇਨੈਂਸ ਦਾ। ਕਿੰਨੇ ਚਿਰ ਦਾ? 6/3/2007 ਤੋਂ 14/12/2022 ਤੱਕ, ਮਤਲਬ ਲਗਭਗ 16 ਸਾਲ ਦਾ ਠੇਕਾ ਦੇ ਤਾ, ਪੈਸੇ ਇਕੱਠੇ ਕਰੀ ਜਾਓ। ਅਤੇ 1,94,000 ਪਰ ਡੇ ਕੁਲੈਕਸ਼ਨ ਹੈ, 7 ਕਰੋੜ ਪਰ ਈਅਰ ਕਲੈਕਸ਼ਨ ਹੈ। ਗੌਰਮੈਂਟ ਨੇ 7.5 ਕਰੋੜ 'ਚ ਬਣਾਤੀ ਅਤੇ ਉਹਨਾਂ ਨੂੰ 15 ਸਾਲ ਦਾ ਠੇਕਾ ਦਿੱਤਾ 7 ਕਰੋੜ ਪਰ ਈਅਰ, ਮਤਲਬ ਤੁਸੀਂ ਲਾ ਲਓ ਵੀ 105 ਕਰੋੜ ਕਮਾਉਣ ਵਾਸਤੇ। ਅਤੇ ਜਿਹੜੀ ਇਹ ਕੰਪਨੀ ਹੈ PD ਅਗਰਵਾਲ ਇੰਫਰਾਸਟ੍ਰਕਚਰ ਲਿਮਿਟਡ, ਉਹਨੇ ਇੱਕ ਵੀ ਸ਼ਰਤ ਪੂਰੀ ਨਹੀਂ ਕੀਤੀ ਜੀ 15 ਸਾਲਾਂ 'ਚ, ਨਾ ਮੈਂਟੇਨੈਂਸ ਕੀਤੀ, ਨਾ ਜਿਹੜੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਅਕਾਊਂਟ ਜਿਹੜਾ ਇਹਦਾ ਜਿਹੜਾ ਅਕਾਊਂਟ ਹੈ, ਖਾਤਾ ਜਿਹੜਾ ਪੈਸਾ ਹੈ, ਐਸਕਰੋ ਐਗਰੀਮੈਂਟ ਦੇ ਤਹਿਤ ਤੁਸੀਂ, ਇਹਨਾਂ ਨੇ ਬਿਨਾਂ ਗੌਰਮੈਂਟ ਨੂੰ ਇਨਫੋਰਮ ਕੀਤੇ ਪ੍ਰਾਈਵੇਟ ਕਰੰਟ ਅਕਾਊਂਟ 'ਚ ਪਾਈ ਗਏ ਪੈਸੇ। ਇਹ ਤਾਂ ਬਿਲਕੁਲ ਸ਼ਰੇਆਮ ਤੋਂ 420 ਹੈ। ਅਤੇ ਸਭ ਤੋਂ ਜਿਹੜੀ ਦੁੱਖਦਾਇਕ ਗੱਲ ਇਹ ਹੈ ਕਿ 2007 ਤੋਂ ਲੈ ਕੇ 5 ਸਾਲ ਅਕਾਲੀ ਰਹੇ, 7 ਤੋਂ ਲੈ ਕੇ 17 ਤੱਕ 10 ਸਾਲ ਅਕਾਲੀ ਰਹੇ। ਕਿਸੇ ਸੁਖਬੀਰ ਬਾਦਲ ਨੇ ਨਹੀਂ ਪੁੱਛਿਆ ਇਹਨਾਂ ਨੂੰ ਕਿ ਤੁਸੀਂ ਐਗਰੀਮੈਂਟ ਨੂੰ ਬ੍ਰੀਚ ਕਰ ਰਹੇ ਹੋ, ਕਿਉਂ ਨਾ ਤੁਹਾਡਾ ਐਗਰੀਮੈਂਟ ਟਰਮੀਨੇਟ ਕਰ ਦਿੱਤਾ ਜਾਵੇ। ਕੈਪਟਨ ਸਾਹਿਬ ਰਹੇ 17 ਤੋਂ ਬਾਅਦ, ਕਿਸੇ ਕੈਪਟਨ ਅਮਰਿੰਦਰ ਨੇ ਨਹੀਂ ਪੁੱਛਿਆ ਇਹਨਾਂ ਨੂੰ ਕਿ ਤੁਸੀਂ ਐਗਰੀਮੈਂਟ ਦੀਆਂ ਕਲੋਜ਼ ਪੂਰੀਆਂ ਨਹੀਂ ਕਰਦੇ, ਕਿਉਂ ਨਾ ਤੁਹਾਡਾ ਐਗਰੀਮੈਂਟ ਰੱਦ ਕਰ ਦਿੱਤਾ ਜਾਵੇ। ਕੱਲ੍ਹ ਇਹਨਾਂ ਦੀ ਮਿਆਦ ਖਤਮ ਹੋਈ ਹੈ ਅਤੇ ਇਹਨਾਂ ਨੇ ਸਾਥੋਂ 502 ਦਿਨ ਦੀ ਐਕਸਟੈਂਸ਼ਨ ਮੰਗੀ ਹੋਰ। ਕਹਿੰਦੇ ਜੀ ਕਿਸਾਨ ਅੰਦੋਲਨ ਅਤੇ ਕਰੋਨਾ ਕਰਕੇ ਸਾਡਾ ਨੁਕਸਾਨ ਹੋ ਗਿਆ। ਪੈਸਾ ਕਿਹੜਾ ਲਾਇਆ ਸੀ, ਨੁਕਸਾਨ ਹੋ ਗਿਆ? ਸੜਕ ਤਾਂ ਗੌਰਮੈਂਟ ਨੇ ਬਣਾ ਕੇ ਦਿੱਤੀ ਹੈ, ਪੈਸੇ ਇਕੱਠੇ ਕਰਨ 'ਚ ਨੁਕਸਾਨ ਹੋ ਗਿਆ 502 ਦਿਨ। ਅਤੇ ਇਹਨਾਂ ਨੇ ਬਥੇਰੀਆਂ ਇੰਸਟਰਕਸ਼ਨਸ, ਗੌਰਮੈਂਟ ਨਾਲ ਮੀਟਿੰਗਾਂ ਹੋਈਆਂ, ਕੋਈ ਪੂਰਾ ਨਹੀਂ ਕੀਤਾ ਇਹਨਾਂ ਨੇ।
तो गवर्नमेंट ने भी कहा चल चक्की चलो लोगों को कहड़ा पता लगता है। तो जे असी 522 दिन मंग रहे हमने, जे असी 522 दिन की इन्हों एक्सटेंशन दें तो 11 करोड़ रुपया होर बनता जी। जे मैं चाहता मैं इन्ना वर्गा हों तो कह दिता 522 दिन लै लो, 200 दिन मेरा बाकी थोड़े, पर मैं इदा का नहीं है। मैं पंजाब के लोगों के एक एक पैसे का हिसाब लेना इन्हों तो। असी इन्हों का एग्रीमेंट कल इन्हों नोटिस कढ़िया FIR की है जी कंपनी पर, जिदे IPC 420 465 466 467 468 468 471 की धारा लगिया ने जी। इन्होंने धोखा किया गवर्नमेंट नाल, इन्होंने पब्लिक मनी मिसयूज की है। तो असी बाकी टोल प्लाजे वाले भी कहने असी ऑर्डर दे रहे हैं, इन्हों चिट्ठियां कढ़ रहे हैं, हरेक टोल प्लाजा अपनी एक्सपायरी डेट बड़े अक्षरां दे विच अपने टोल प्लाजे ते लिख के लावे कि 19 तरीक नूं साडा टोल खत्म हो रहा। ते नंबर 2, करोना तो सारे ते आए सी ना, इस एक्ट ऑफ गॉड करोना मिल तो लोगों का भी नुकसान होया, नौकरियां छुट गई, काम छुट गए, गड्डियां बंद हो गई, कहिंदे उदों भी पैसे दिओ करोना दे भी सानू। सो एदो वड्डी लुट नहीं हो सकती। मैं सुखबीर बादल ते कैप्टन साहब नूं पुछना चाहुंना जिहड़े रोज़ साडी सरकार नूं बदनाम करन ते लगे हुए ने, क्योंकि उन्हां नूं पता है कि होर तां कोई मुद्दा है नहीं, मेरे बूट भी देखी जांदे रहिंदे ने भी इन्ने दे ने, उहदी घड़ी इन्ने दी है, ठीक है ना। सो उन्हां नूं मैं पुछना चाहुंना आ जिहड़ा तुसीं पंजाब उजाड़िया है, हजे तां होर साहब आउणगे, हजे देखियो सही तुसीं, हजे तां खुलन लगे ने इन्हां दे किस्से जिहड़े ने, भेत इन्हां दे खुलन लगे ने, किवें रल के इन्हां ने क्यों नहीं कीता जी 15 साल, असीं किवें करता फिर अनुसार, ये पहलां कर सकते सी टर्मीनेट इस एग्रीमेंट नूं कि तुसीं शर्तां नहीं पूरियां कर रहे। नो एम्बूलेंस नहीं, कोई मेंटेनेंस नहीं रखी, कोई इन्हां ने सड़क नहीं कितों कोई भी कोई मोड़ ही सीधा करता होवे, कोई सड़क तो बना के देती गवर्नमेंट ने, पैसे कुल इकट्ठे करन दा टोल लाता जी। तो अज जिहड़े भी इत्थों बंदे लगनगे, अज 1,94,00,000 का जिन्नियां भी गड्डियां सड़क तो लंघदियां उन्हां नूं फायदा होने लग जूगा, पर डे पैसे बचणगे लोगों के। महंगाई के जमाने च ये तो मतलब तेल के बराबर है जी, ओने की तेल पाने ओने की टोल दें, समझ लो तेल का मुल दुगना हो गया। सो ये पहला भी असी धूरी ते लुधियाणे दे विच जिहड़ी रोड सीगी उहदे 2 टोल प्लाजे बंद कर चुके हैं, आने वाले दिनों जिहदी जिहदी वारी आऊगी उन्हां दीआं भी लिस्टां साडे कोल हैगीआं ने, कोई एक्सटेंशन नहीं, ऑलरेडी बहुत पैसे कमा चुके ने। मैं पार्लीमेंट दे विच भी एक गल चुकी सी कि जदों असीं गड्डी खरीददे हां उदों भी असीं रोड टैक्स दिंदे हां, कीमत दा 8%, कीमत दा 9%, फिर वो किहड़ियां सड़कां दा जी, जे असीं सड़क ही रेंट ते लैनी है, सड़क 83 रुपये च आउण जाण है, असीं सड़क किराए ते लै ली, तो फिर जिहड़े जिहड़ा असीं रोड टैक्स दे के आए उत्थे गड्डी खरीदण वेले, वह किहड़ियां सड़कां दा, कोई सड़क है जी दिखा दो कि जिहड़ी टोल तो बिना होवे, उहनूं जाण बुझ के टुट्टी हुई रखदे ने ताकि लोग कहण चल छड्डो यार गड्डी भन्नण नालों आपां 80 रुपये इधर ही दे दिंदे आ, 85 इधर ही दे दिंदे आ। एक होर गवर्नमेंट का प्रोजेक्ट असी भवानीगढ़ तो कोट शमीर एक स्टेट हाईवे है, उहदे ते 3 थावें टोल लाते जी गवर्नमेंट ने, मतलब बना ले, बनाउणा की हुंदा बस, एक इहदे कहिहड़ा पोल्यूशन सर्टिफिकेट लैणा है, इहदे कहिहड़ा कोई कच्चा माल लगता है, बस पैसे इकट्ठे करन वास्ते डंडा जी लाउणा है, बस भी लियाओ जी पैसे फड़ा जाओ आउंदे होए जांदे होए। ना सड़क बनाई वह जाती है भवानीगढ़ बाया महला चौंक सुनाम चीमा मंडी भीखी मानसा मौड़ तो कोट शमीर। मैं पूछा भी ये क्यों लाते सीगे,
ਇਹ ਤਾਂ ਸੜਕ ਵੀ ਨਹੀਂ ਬਣਾਈ ਤੁਸੀਂ ਕੁਛ ਵੀ ਨਹੀਂ ਕੀਤਾ ਕਹਿੰਦੇ ਜੀ ਜਿਹੜਾ ਜੀਰਕਪੁਰ ਤੋਂ ਬਠਿੰਡੇ ਵਾਲਾ ਹਾਈਵੇ ਹੈ ਕਿਤੇ ਉਹ ਤੋਂ ਉੱਤਰ ਕੇ ਲੋਕ ਇੱਧਰ ਦੀ ਨਾ ਜਾਣ ਲੱਗ ਜਾਣ ਹੱਦ ਹੈ ਵੀ ਮਤਲਬ ਕਿਤੇ ਟੋਲ ਨਾ ਲੋਕ ਬਚਾਉਣ ਲੱਗ ਜਾਣ ਇਸ ਕਰਕੇ ਇੱਧਰ ਵੀ ਟੋਲ ਲਾ ਦਿਓ ਅਸੀਂ ਕਿਹਾ ਵੀ ਇਹ ਸੜਕ ਹੀ ਜਦੋਂ ਤੁਸੀਂ ਬਣਾਈ ਨਹੀਂ ਕੋਈ ਉਹਦੇ ਵਿੱਚ ਉਹ ਨਹੀਂ ਕੀਤਾ ਕੋਈ ਸੁਧਾਰ ਨਹੀਂ ਕੀਤਾ ਕੋਈ ਉਹ ਨਹੀਂ ਅਤੇ ਉਹ ਟੋਲ ਪਲਾਜ਼ੇ ਸੀ ਤਿੰਨੋਂ ਅਸੀਂ ਗੌਰਮੈਂਟ ਜਿਹੜੀ ਹੈ ਉਹਦੇ ਵਿੱਚ ਵੀ ਪੈਸੇ ਇਕੱਠੇ ਕਰਨ ਦਾ ਤਿੰਨ ਠੇਕਾ ਦਿੱਤਾ ਕਿਸੇ ਕੰਪਨੀ ਨੂੰ ਕਿ ਕਹਿੰਦੇ ਜੇ ਪੈਸੇ ਨਾ ਇਕੱਠੇ ਹੋਏ ਤੈਨੂੰ ਇੰਨੇ ਪੈਸੇ ਹੋਰ ਦੇ ਦਾਂਗੇ ਅਸੀਂ ਉਹਦਾ ਵੀ ਅਸੀਂ ਰੱਦ ਕਰਤਾ ਕੋਈ ਉੱਥੇ ਟੋਲ ਪਲਾਜ਼ਾ ਨਹੀਂ ਲੱਗੂਗਾ ਸੋ ਅੱਜ ਦੇ ਇਸ ਈਵੈਂਟ ਦੇ ਵਿੱਚ ਐਪੀਸੋਡ ਦੇ ਵਿੱਚ ਐਫ ਆਈ ਆਰ ਹੋਈ ਹੈ ਕੰਪਨੀ 'ਤੇ ਬਕਾਇਦਾ ਲੀਗਲ ਸਲਾਹ ਲਈ ਹੈ ਅਸੀਂ ਐਡਵੋਕੇਟ ਜਨਰਲ ਤੋਂ ਲੋੜ ਪਈ ਤਾਂ ਇਸ ਕੰਪਨੀ ਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਇਹਨਾਂ ਦੇ ਇੰਡੀਆ ਦੇ ਵਿੱਚ ਜਿੰਨੇ ਵੀ ਹੋਰ ਪ੍ਰੋਜੈਕਟ ਨੇ ਅਤੇ ਇਹਨਾਂ ਤੋਂ ਜਿਹੜਾ ਪੈਸਾ ਲੈਣਾ ਉਹ ਵੀ ਰਿਕਵਰ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਦੁਬਾਰਾ ਰਿਪੀਟ ਕਰ ਦਿੰਦਾ 7.76 ਕਰੋੜ ਰੁਪਏ ਦੇ ਵਿੱਚ ਸੜਕ ਬਣਾਈ ਗੌਰਮੈਂਟ ਨੇ 6/3/2007 ਤੋਂ ਐਗਰੀਮੈਂਟ ਸ਼ੁਰੂ ਹੋ ਗਿਆ 14/12/2022 ਤੱਕ ਕੱਲ੍ਹ ਰਾਤ 12 ਵਜੇ ਰਾਤ ਦੇ ਖਤਮ ਹੋ ਗਿਆ ਅੱਜ 15 ਹੋ ਗਈ ਅਤੇ 1,94,000 ਪਰ ਡੇ ਕੁਲੈਕਸ਼ਨ ਸੀ 7 ਕਰੋੜ ਪਰ ਈਅਰ ਕੁਲੈਕਸ਼ਨ ਸੀ ਮੈਂ ਹੁਣ 522 ਦਿਨ ਹੋਰ ਮੰਗਦੇ ਸੀ ਜਿਹਦਾ 11 ਕਰੋੜ ਬਣਦਾ ਹੈ ਜੋ ਕਿ ਅਸੀਂ ਨਹੀਂ ਦੇ ਰਹੇ ਅਤੇ ਅੱਜ ਤੋਂ ਇਹ ਟੋਲ ਪਲਾਜ਼ਾ ਲੋਕਾਂ ਦੇ ਹਵਾਲੇ ਹੈ ਜੀ ਅੱਜ ਤੋਂ ਹੁਣ ਇਹ ਕੀ ਕਰਨਗੇ ਹੁਣ ਇਹ ਕਹਿਣਗੇ ਜੀ ਲੋਕ ਦਸੂਏ ਨੂੰ ਇੱਧਰ ਦੀ ਜਾਣ ਲੱਗ ਗਏ ਕਿਉਂਕਿ ਉੱਧਰ ਫੇਰ ਹੈ ਜਿੱਧਰ ਨੂੰ ਮਰਜ਼ੀ ਮੁੜ ਜਾਓ ਤੁਹਾਨੂੰ ਘੇਰਨਗੇ ਕਿਤੇ ਨਾ ਕਿਤੋਂ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਪੈਸਾ ਲੱਗਿਆ ਖੂਨ ਪਸੀਨੇ ਦੀ ਕਮਾਈ ਹੈ ਟੈਕਸ ਦਾ ਪੈਸਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ 15 ਸਾਲ ਆ ਜਿਹੜੇ ਸਾਡੇ ਪੰਜਾਬ ਦੇ ਵੱਡੇ ਹਿਤੈਸ਼ੀ ਬਣਦੇ ਨੇ ਜਿਹੜੇ ਲੋਕਾਂ ਦੁਆਰਾ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਚੁਣੀ ਹੋਈ ਸਰਕਾਰ ਨੂੰ ਬਦਨਾਮ ਕਰਦੇ ਨੇ ਉਹ 'ਚ ਕਮੀਆਂ ਕੱਢਣ ਦੀ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਆਹ ਨਹੀਂ ਹੋਇਆ ਉਹ ਨਹੀਂ ਹੋਇਆ ਸਭ ਕੁਝ ਠੀਕ ਹੋ ਰਿਹਾ ਅਸੀਂ ਇਹਨਾਂ ਦੇ ਹੋਏ ਤਾਣੇ ਨੂੰ ਸੁਲਝਾ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਵੱਡੇ ਖੁਲਾਸੇ ਹੋਣਗੇ ਅੱਜ ਇਹ ਟੋਲ ਪਲਾਜ਼ਾ ਜਿਹੜਾ ਉਹ ਲੋਕਾਂ ਲਈ ਫ੍ਰੀ ਹੈ ਅਤੇ ਜੋ ਵੀ ਲੀਗਲ ਕਾਰਵਾਈ ਹੋਈ ਅਸੀਂ ਇਸ ਕੰਪਨੀ ਦੇ ਖਿਲਾਫ਼ ਕਰਾਂਗੇ ਅਤੇ ਹਰੇਕ ਟੋਲ ਪਲਾਜ਼ੇ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਐਕਸਪਾਇਰੀ ਡੇਟ ਦੋਨੋਂ ਪਾਸੇ ਵੱਡੇ ਅੱਖਰਾਂ 'ਚ ਲਿਖਣੀ ਪਊਗੀ ਕਿ ਅਸੀਂ ਇੰਨੀ ਤਰੀਕ ਤੱਕ ਹੈਗੇ ਹਾਂ ਨਾਲੇ ਤਾਂ ਇਹ ਹਰ ਸਾਲ ਵਹੀਕਲ ਵੱਧ ਜਾਂਦੇ ਨੇ ਲੰਘਣ ਵਾਲੇ ਅਤੇ ਨਾਲੇ ਰੇਟ ਵਧਾ ਦਿੰਦੇ ਨੇ ਤੁਸੀਂ ਕਿਸੇ ਟੋਲ ਪਲਾਜ਼ੇ 'ਤੇ ਰੇਟ ਲਿਸਟ ਦੇਖਿਓ ਓਰੀਜਨਲ ਅੱਖਰਾਂ 'ਚ ਨਹੀਂ ਲਿਖੀ ਹੋਈ ਉੱਥੇ ਟੇਪ ਲਾਈ ਹੋਈ ਹੈ ਕਦੇ 5 ਰੁਪਏ ਵਧਾ ਲਏ ਕਦੇ 7 ਵਧਾ ਲਏ ਐਂ ਉੱਤੇ ਲਿਖ ਕੇ ਲਾ ਦਿੰਦੇ ਨੇ ਵੀ ਹੁਣ ਇੰਨੇ ਨੇ ਲੋਕਾਂ ਨੂੰ ਕੀ ਪਤਾ ਵੀ ਕਿੰਨੇ ਕੀ ਐਗਰੀਮੈਂਟ ਕੀਤੇ ਨੇ ਆਹ ਪੈ ਨੇ ਐਗਰੀਮੈਂਟ ਮੈਂ ਲੋਕਾਂ ਦੇ ਸਾਹਮਣੇ ਕਰਨ ਲੱਗਿਆ ਆਹ ਸਾਰਾ ਐਗਰੀਮੈਂਟ ਹੈ ਨਹੀਂ ਨਹੀਂ ਸਰਕਾਰ ਦਾ ਫਰਜ਼ ਨਹੀਂ ਬਣਦਾ ਸੜਕਾਂ ਬਣਾਉਣ ਦਾ ਮਤਲਬ ਸੜਕਾਂ ਵੀ ਪ੍ਰਾਈਵੇਟ ਕਰਤੀਆਂ ਸਕੂਲ ਵੀ ਪ੍ਰਾਈਵੇਟ ਕਾਲਜ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਸਰਕਾਰ ਕੀ ਸਰਕਾਰ ਕੋਲ ਕੀ ਰਹਿ ਗਿਆ ਫਿਰ ਸਰਕਾਰ ਦਾ ਫਰਜ਼ ਜਦੋਂ ਸਰਕਾਰ ਨੇ ਤਾਂ ਬਣਾਈ ਹੈ 7.76 ਕਰੋੜ 'ਚ ਕਾਹਦਾ ਟੋਲ ਪਲਾਜ਼ਾ ਜੀ ਫਿਰ ਉਹ ਤੁਸੀਂ ਐਡਾਂ ਦੇਖਦੇ ਹੋਵੋਗੇ ਜਦੋਂ ਸੁਖਬੀਰ ਬਾਦਲ ਦੀਆਂ ਐਡ ਆਉਂਦੀ ਸੀ ਅਸੀਂ ਪੁਲ ਬਣਾ ਤੇ ਸੜਕਾਂ ਬਣਾ ਤੀਆਂ ਸੜਕਾਂ ਤਾਂ ਕੰਪਨੀਆਂ ਨੇ ਬਣਾਈਆਂ ਨੇ ਪੈਸੇ ਤੁਸੀਂ ਉਹਨਾਂ ਨੂੰ ਲੁੱਟਣ ਵਾਸਤੇ ਦੇ ਤੇ ਜੀ 105 ਕਰੋੜ ਲੈ ਲਓ 7 ਕਰੋੜ ਲਾ ਕੇ ਸਰਕਾਰ ਨੇ 105 ਕਰੋੜ ਦਾ ਕਲੈਕਸ਼ਨ ਦਾ ਦੇਤਾ ਠੇਕਾ ਜਦੋਂ ਤੱਕ ਉਹਨਾਂ ਦੀ ਐਕਸਪਾਇਰੀ ਡੇਟ ਹੈ ਉਦੋਂ ਤੱਕ ਦਾ ਜੇ ਉਹਨਾਂ ਨੇ ਕਲੋਜ਼ ਪੂਰਾ ਨਹੀਂ ਕੀਤਾ ਤਾਂ ਉਹਨਾਂ 'ਤੇ ਟਰਮੀਨੇਸ਼ਨ ਵੀ ਹੋਊਗੀ ਅਤੇ ਉਹਨਾਂ ਤੋਂ ਪੁਰਾਣੇ ਪੈਸੇ ਵੀ ਵਸੂਲੇ ਜਾਣਗੇ ਨਹੀਂ ਉਹ ਕਰ ਅਸੀਂ ਤਾਂ ਰੋਜ਼ ਦੇਖੋ ਜੀ ਇਕੱਲੇ ਟੋਲ ਪਲਾਜ਼ਿਆਂ 'ਤੇ ਨੌਕਰੀਆਂ ਨਹੀਂ ਅਸੀਂ ਗੌਰਮੈਂਟ ਜਿਹੜੀ ਹੈ ਹਰ ਰੋਜ਼ ਰੋਜ਼ਗਾਰ ਕੱਢ ਰਹੀ ਹੈ ਅਸੀਂ 2100 ਪੁਲਿਸ ਦੀ ਭਰਤੀ ਹਰ ਸਾਲ ਕਰ ਰਹੇ ਹਾਂ ਅਸੀਂ 703 ਮਾਲ ਪਟਵਾਰੀ ਰੱਖ ਰਹੇ ਹਾਂ ਹਰੇਕ ਮਹਿਕਮੇ 'ਚ ਹਰ ਹਫ਼ਤੇ ਕੋਈ ਨਾ ਕੋਈ ਨਿਯੁਕਤੀ ਪੱਤਰ ਮਿਲ ਰਹੇ ਨੇ ਨੌਕਰੀਆਂ ਕੱਢ ਰਹੇ ਹਾਂ ਅਸੀਂ ਕਿਸੇ ਨੂੰ ਬੇਰੁਜ਼ਗਾਰ ਨਹੀਂ ਹੋਣ ਦਿੰਦੇ ਠੀਕ ਹੈ ਨਾ ਪਰ ਅਸੀਂ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਜਿਹੜੀ ਕਿ ਇਹਨਾਂ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਇੱਥੇ ਲੋਕਾਂ ਨੂੰ ਕਿਸੇ ਨੂੰ ਪਤਾ ਕਿ ਇਹ ਟੋਲ ਪਲਾਜ਼ਾ 502 ਦਿਨ ਕਹਿਤਾ ਹੋ ਤਾਂ 2.5 ਸਾਲ ਗਏ ਜੇ ਸਾਲਾਂ 'ਚ ਗਿਣੀਏ ਦਿਨ ਕਹਿ ਦਿੰਦੇ ਨੇ ਦਿਨਾਂ ਕਹਿਣ ਦਾ ਬਹੁਤ ਸੌਖਾ ਲੱਗਦਾ 502 ਦਿਨ ਹੀ ਨੇ ਪਰ ਦੇਖ ਲਓ ਤੁਸੀਂ 365 ਦਿਨ ਦਾ ਇੱਕ ਸਾਲ ਹੁੰਦਾ
ਇਹ ਅੱਜ ਇਸ ਮੌਕੇ ਤੇ ਹੈ। ਇੱਕ ਮਿੰਟ ਜੀ ਸਾਡੇ ਗਵਰਨਰ ਪੰਜਾਬ ਨਾਲ ਸੰਬੰਧ ਠੀਕ ਨੇ, ਠੀਕ ਹੈ ਨਾ। ਕਈ ਵਾਰੀ ਕੋਈ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ, ਸੋ ਠੀਕ ਹੋ ਗਿਆ। ਅਸੀਂ ਪੈਨਲ ਭੇਜਤਾ ਅਤੇ ਪੰਜਾਬ ਦਾ ਜਿਹੜਾ IPS ਦਾ ਕਾਡਰ ਹੈ, SSP ਦਾ, ਉਹ ਬੜੀ ਜਲਦੀ ਚੰਡੀਗੜ੍ਹ ਦੇ ਵਿੱਚ ਦੁਬਾਰਾ ਜਿਹੜਾ ਉਹ ਲਗਾ ਦਿੱਤਾ ਜਾਊਗਾ। ਅਤੇ ਜੋ ਵਿਧਾਨਕਾਰ ਦੇ ਨੀਤੀਆਂ ਮੁਤਾਬਕ ਅਸੀਂ ਚੱਲ ਰਹੇ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਚੰਡੀਗੜ੍ਹ ਦੇ ਵਿੱਚ ਸਾਡਾ SSP ਜਿਹੜਾ ਪੰਜਾਬ ਕ੍ਰਿਕਟ ਦਾ।